ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਸੱਜਣ ਸਚਾ ਪਾਤਿਸ਼ਾ ਸ਼ਿਰਸਾ ਦੇਸਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੀਸਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੀਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਆਸਾ ਮਹਲਾ 3 ਜਾਂ ਮਨ ਮੁਕ ਝੂਠੋ ਝੂਠ ਕਮਾਵੇ ਖਸਮੇ ਕਾ ਮਹਿਲ ਕਦੇ ਨਾ ਪਾਵੇ मनमुख झूठो झूठ कमावे खसमे का महल कदे न पावे दूजे लगी परम पुलावै ममता बाधा आवे जावे दोहागनी का मन देख सिगार पुत्र ਗਲਤ ਤਨ ਮਾਇਆ ਚਿਤ ਲਾਏ ਝੂਠ ਮੋਹ ਪਖੰਡ ਦੇ ਵਕਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੇ ਗੁਰ ਸ਼ਬਦੀ ਸਿਗਾਰ ਬਣਾਵੇ ਸੇਜ ਸੁਖਾਲੀ ਅਨ ਦਿਨ 라ਵੇ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਨ ਸਾਚੀ ਜਿਸ ਸਾਚ ਪਿਆਰ ਆਪਣਾ ਪੀਰ ਰਾਖੇ ਸਦਾ ਉਰਤਾਰ ਨੇੜੇ ਵੇਖੇ ਸਦਾ ਹਦੂਰ ਮੇਰਾ ਪ੍ਰਭ ਸਰਬ ਰਿਆ ਪਰਪੂਰ ਆਗੇ ਜਾਤ ਰੂਪ ਨਾ ਜਾਏ ਤੇਹਾ ਹੋਵੇ ਜਿਹੇ ਕਰਮ ਕਮਾਏ ਸ਼ਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੇ ਸੋਏ ਸ਼ਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕੇ ਗੁਰ ਸ਼ਬਦ ਵਿਚਾਰ ਨਾਨਕ ਬੀੜੀ ਸੱਚ ਕੀ ਤਰੀਏ ਗੁਰ ਵਿਚਾਰ ਦੇ ਪ੍ਰੋਗਰਾਮ ਜੋ ਸਤਗੁਰੂ ਦੀ ಅಪਾਰ ਕਿਰਪਾ ਦੇ ਨਾਲ ਨਿਰਵਿਘਨ ਚੱਲ ਰਿਹਾ ਹੈ ਲੜੀਵਾਰ ਗੁਰ ਸ਼ਬਦ ਵਿਚਾਰ ਸਤਗੁਰੂ ਦੀ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਸਤਗੁਰੂ ਜੀ ਦੇ ਪਵਿੱਤਰ ਅੰਗ 363 ਉੱਪਰ ਅੱਜ ਦਾ ਸ਼ਬਦ ਬਿਰਾਜਮਾਨ ਹੈ ਜੋ ਮੇਰੇ ਤੀਸਰੇ ਗੁਰੂ ਨਾਨਕ ਸਾਹਿਬ ਮੇਰੇ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਮੁਖਾਰਪੇੰ ਤੋਂ ਉਚਾਰਿਆ ਹੋਇਆ ਇਹ ਬਖਸ਼ਿਸ਼ ਪਰਿਆ ਸ਼ਬਦ ਜਿਸ ਵਿੱਚ ਸਾਹਿਬ ਕਿਰਪਾ ਕਰਦੇ ਸਾਡੇ ਵਰਗੇ ਮਨਮੁਖਾਂ ਨੂੰ ਸਮਝਾ ਰਹੇ ਹਨ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਏ ਹਾਂ ਮਨੁੱਖਾ ਜਨਮ ਮਿਲਿਆ ਹੈ ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਅੱਜ ਕੇਵਲ ਨਾਮ ਅਸੀਂ ਕੇਵਲ ਦੇ ਨਾਮ ਕਿਉਂਕਿ ਨਾਨਕ ਕੇ ਘਰ ਕੇਵਲ ਨਾਮ ਮੇਰੇ ਸਤਿਗੁਰੂ ਦੇ ਘਰ ਨਾਮ ਤੋਂ ਬਿਨਾ ਕੁਝ ਹੈ ਹੀ ਨਹੀਂ ਸਿਮਰਤ ਵੇਦ ਪੁਰਾਨ ਪੁਕਾਰ ਪੋਥੀਆਂ ਇਹ ਜਿੰਨੇ ਧਾਰਮਿਕ ਗ੍ਰੰਥ ਹੈ ਹੁਣ ਤੱਕ ਰਚੇ ਇਹ ਸਾਰੇ ਉੱਚੀ ਉੱਚੀ ਬੋਲ ਬੋਲ ਕੇ ਦੱਸ ਰਹੇ ਸਾਨੂੰ ਸਮਝਾ ਰਹੇ ਕਿ ਬੰਦਿਆ ਨਾਮ ਬਿਨਾ ਸਭ ਕੂੜ ਗੱਲ ਹੀ ਹੋਸ਼ੀਆਂ ਨਾਮ ਤੋਂ ਬਿਨਾ ਤੂੰ ਜੋ ਕੁਛ ਵੀ ਕਰੇਗਾ ਉਹ ਕੂੜ ਹੈ ਮਿੱਟੀ ਹੈ ਤੇਰੇ ਕਿਸੇ ਕੰਮ ਨਹੀਂ ਆਉਣੀ ਤੇ ਇਹ ਮਿੱਟੀ ਇਕੱਠੀ ਕਰਕੇ ਦੇ ਦੇਂਗਾ ਤੇ ਕਿਸੇ ਹੋਰ ਦੇ ਕੰਮ ਵੀ ਨਹੀਂ ਆਉਣੀ ਅੱਜ ਇਹਦੇ ਕੋਲ ਹੈ ਕੱਲ ਨੂੰ ਉਹਦੇ ਕੋ ਪਰਸੋਂ ਉਹਦੇ ਕੋ ਲਾ ਮੇਰੇ ਪਿਤਾ ਧੰ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਦੇ ਮਨਮੁਖ ਝੂਠੋ ਝੂਠ ਕਮਾਵੇ ਖਸਮ ਕਸਮੇ ਕਾ ਮਹਿਲ ਕਦੇ ਨਾ ਪਾਵੇ ਮਨਮੁਖ ਮਨਮੁਖ ਕੌਣ ਹੈ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ ਗੁਰਮੁਖ ਕੌਣ ਹੈ ਜਿਹੜਾ ਗੁਰੂ ਦੀ ਮਤ ਅਨਸਾਰ ਗੁਰ ਕੀ ਮਤ ਤੂੰ ਲੈ ਆਣੇ ਪਗਤ ਬਿਨਾ ਬਹੁ ਡੂਬੇ ਸਿਆਣੀ ਜੇ ਤੂੰ ਗੁਰੂ ਦੀ ਮਤ ਅਨੁਸਾਰ ਨਹੀਂ ਚੱਲੇਗਾ ਗੁਰੂ ਦੀ ਮਤ ਨਹੀਂ ਲਏਗਾ ਤੇ ਬੰਦਿਆ ਤੂੰ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਕਿਸੇ ਨੇ ਪਾਰ ਉਤਾਰਾ ਨਹੀਂ ਕਰ ਗੁਰਮਖ ਇੱਕ ਟਾਣੀ ਦੀ ਨਹੀਂ ਆਈ ਹੈ ਜਿਹੜਾ ਦਰਖਤ ਨੂੰ ਲੱਗਿਆ ਹੈ ਬੇਸ਼ੱਕ ਟਾਣੀ ਸੁੱਕੀ ਹੈ ਪਤਲੀ ਹੈ ਕਰੂਪ ਹੈ ਪਰ ਦਰਖਤ ਦੇ ਨਾਲ ਲੱਗੀ ਹੈ ਉਹ ਹਰੀ ਹੈ ਤੇ ਉਸ ਟਾਣੀ ਨੂੰ ਇੱਕ ਦਿਨ ਪੱਤੇ ਵੀ ਲੱਗਣਗੇ ਦਰਖਤ ਵਿੱਚੋਂ ਫੁੱਲ ਵੀ ਲੱਗਣਗੇ ਤੇ ਫਲ ਵੀ ਲੱਗਣਗੇ ਮਨਮੁਖ ਉਸ ਸੋਟੀ ਦੀ ਨਿਆਈ ਹੈ ਜਿਸਨੇ ਆਪਣੇ ਆਪ ਨੂੰ ਦਰਖਤ ਨਾਲੋਂ ਵੱਖ ਕਰ ਲਿਆ ਬੋਲੋ ਵਾਹਿਗੁਰੂ ਜੀ ਜਿਨੇ ਆਖਿਆ ਮੈਂ ਇਸ ਦਰਖਤ ਨਾਲ ਨਹੀਂ ਰਹਿਣਾ ਉਸ ਨਾਲੋਂ ਟੁੱਟ ਗਈ ਵੱਖ ਹੋ ਗਈ ਹੋ ਸਕਦਾ ਕਾਰੀਗਰ ਨੇ ਉਸ ਸੋਟੀ ਨੂੰ ਕੱਢ ਕੇ ਬਹੁਤ ਵਧੀਆ ਬਣਾ ਦਿੱਤਾ ਹੋਵੇ ਖੁੰਡੀ ਬਣਾ ਦਿੱਤੀ ਹੋਵੇ ਉਹਦੇ ਤੇ ਪਾਲਿਸ਼ ਕਰ ਦਿੱਤੀ ਹੋਵੇ ਹੋ ਸਕਦਾ ਉਸ ਸੋਟੀ ਦੀ ਕੀਮਤ ਵੀ ਕੋਈ 20 40 50 ਹਜ਼ਾਰ ਰੁਪਏ ਵੀ ਹੋ ਜੇ ਪਰ ਇੱਕ ਗੱਲ ਯਾਦ ਰੱਖਿਓ ਉਹ 40 50 ਲੱਖ ਰੁਪਏ ਦੀ ਜਿਹੜੀ ਸੋਟੀ ਹੈ ਉਹ ਮੁਰਦਾ ਹੈ ਬੇਜਾਨ ਹੈ ਉਹ ਕਿਸੇ ਦਾ ਕੁਝ ਸਵਾਰ ਨਹੀਂ ਸਕਦਾ ਮਨਮੁਖ ਉਸ ਸੋਟੀ ਦੀ ਨਿਆਈ ਹੈ ਬੇਸ਼ੱਕ ਉਹਦੇ ਕੋਲ ਬਹੁਤ ਮਾਇਆ ਹੋਵੇ ਬਹੁਤ ਕੀਮਤੀ ਆਪਣੇ ਆਪ ਨੂੰ ਸਮਝਦਾ ਰਵੇ ਉਹ ਇੱਕ ਸੋਟੀ ਦੀ ਨਿਆਈ ਮਰਜ਼ਾ ਹੈ ਬੇਜਾਨ ਹੈ ਤੇ ਗੁਰਮਖ ਇੱਕ ਟਾਣੀ ਦੀ ਨਿਆਈ ਹੈ ਕਿਉਂ ਕਿਉਂਕਿ ਉਹ ਆਪਣੇ ਅਸਲੇ ਮੂਲ ਜੜ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਉਹਨੂੰ ਪੱਤੇ ਵੀ ਆਏ ਉਹਨੂੰ ਫੁੱਲ ਵੀ ਆਏ ਉਹਨੂੰ ਫਲ ਵੀ ਆਏ ਤੇ ਸੋਟੀ ਨੂੰ ਨਾ ਕਦੀ ਫਲ ਲੱਗਿਆ ਨਾ ਪੱਤੇ ਆਏ ਤੇ ਨਾ ਫੁੱਲ ਲੱਗਨੇ ਹੈ ਬੇਜਾਨ ਤੇ ਜਿਹੜੇ ਗੁਰਮੁਖ ਪਿਆਰੇ ਆਪਣੇ ਅਸਲੇ ਦੇ ਨਾਲ ਗੁਰ ਸ਼ਬਦ ਨਾਲ ਜੁੜ ਜਾਂਦੇ ਉਹ ਹਮੇਸ਼ਾ ਹਰੇ ਭਰੇ ਰਹਿੰਦੇ ਹਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਉਹਨਾਂ ਦੇ ਘਰਾਂ ਦੇ ਵਿੱਚ ਰਹਿੰਦੇ ਹਨ ਤੇ ਮਨਮੁਖ ਕਲਪਦਾਈ ਰਹਿੰਦਾ ਹੈ ਕਲਪਦਾਈ ਰਹਿੰਦਾ ਹੈ ਕਿਉਂਕਿ ਉਹ ਗੁਰੂ ਨਾਲੋਂ ਟੁੱਟ ਗਿਆ ਹੈ ਜੀ ਕੋ ਗੁਰ ਤੇ ਵੇ ਮੁਖ ਹੋਵੇ ਜਿਹੜਾ ਵੇਮੁਖੀ ਹੋ ਗਿਆ ਉਹਨੂੰ ਮੁਕਤੀ ਕਿਸੇ ਤੇ ਮਿਲੇਗੀ ਉਹਦਾ ਜਮਨ ਮਨ ਕਿਸੇ ਕਟਿਆ ਜਾਏਗਾ ਮਨਮੁਖ ਜਿਹੜਾ ਹੈ ਮਨ ਦੇ ਪਿੱਛੇ ਲੱਗਣ ਵਾਲਾ ਹਮੇਸ਼ਾ ਝੂਠ ਬੋਲਦਾ ਹੈ ਛਲ ਕਰਦਾ ਹੈ ਕਪਟ ਕਰਦਾ ਹੈ ਝੂਠੋ ਝੂਠ ਕਮਾਵੇ ਬਿਨਾਂ ਝੂਠ ਤੋਂ ਉਹਦੇ ਕੋਈ ਕੋਈ ਚੀਜ਼ ਹੀ ਨਹੀਂ ਕਿਉਂਕਿ ਮੁਖ ਝੂਠੇ ਝੂਠ ਬੋਲਣਾ ਉਹਨਾਂ ਦੇ ਮੁਖ ਤੇ ਵੀ ਝੂਠ ਗੱਲ ਗੱਲ ਤੇ ਝੂਠ ਬੋਲੀ ਜਾਣਾ ਕਿਉਂ ਕਰ ਸੁਚਾ ਹੋਏ ਸੁਚਾ ਕੇ ਵੇਖ ਹੋਏਗਾ ਜੀ ਅੰਦਰ ਹੈ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਜਿਨ੍ਹਾਂ ਦੇ ਅੰਦਰ ਕਪਟ ਹੈ ਵਿਕਾਰ ਹੈ ਕੂੜ ਹੈ ਅੰਦਰ ਤੇਰੇ ਕੂੜ ਭਰਿਆ ਮੂਲ ਨਾ ਦਿੱਤੀ ਬੁਹਾਰੀ ਸ਼ਾ ਸ਼ਾਨ ਕਹਿੰਦੇ ਅੰਦਰ ਇੰਨਾ ਕੂੜ ਹੈ ਇੰਨੀ ਗਦਗੀ ਕੂੜਾ ਹੈ ਤੇ ਤੂੰ ਕਦੀ ਬੁੱਕਰ ਨਹੀਂ ਮਾਰੀ ਆਪਾਂ ਕਰਾਚ ਦੇਖਦੇ ਸੋਹਣੀਆਂ ਕੰਮ ਕਰਨ ਵਾਲੀਆਂ ਕਮਰਿਆਂ ਚੋਂ ਝਾੜੂ ਮਾਰ ਮਾਰ ਕੇ ਕੂੜਾ ਬਾਹਰ ਕੱਢਦੀਆਂ ਹਨ ਕਦੀ ਵੇਖਿਆ ਵੀ ਬਾਹਰੋਂ ਕੂੜਾ ਲਿਆ ਕੇ ਅੰਦਰ ਸਿੱਟ ਦਿੱਤਾ ਜਾਵੇ ਨਹੀਂ ਬਾਰੋਂ ਕੂੜਾ ਸਿਰਫ ਮਨਮੁਖੀ ਸਿਰਦਾ ਹੈ ਜਿਸ ਸੇਜ ਦੇ ਉੱਤੇ ਸਾਫ਼ ਸੁਥਰਾ ਰੱਖਣਾ ਜਿਸ ਸੇਜ ਤੇ ਮੇਰੇ ਪਿਤਾ ਜੀ ਨੇ ਆ ਕੇ ਬੈਠਣਾ ਮੇਰੇ ਗੁਰੂ ਨਾਨਕ ਸਾਹਿਬ ਨੇ ਜਿਸ ਸੇਜ ਤੇ ਗੁਰ ਸ਼ਬਦ ਦਾ ਪ੍ਰਕਾਸ਼ ਕਰਨਾ ਉਸੇ ਸੇਜ ਤੇ ਇਹ ਵਿਕਾਰਾਂ ਦੀ ਗੰਦਗੀ ਭਰੀ ਰੱਖਦਾ 24 ਘੰਟੇ ਕਿਉਂ ਕਰ ਸੂਚਾ ਹੋਏ ਤੁਸੀਂ ਦੱਸੋ ਫਿਰ ਉਹ ਸੂਚਾ ਕਿਵੇਂ ਹੋ ਗਿਆ ਮੂੰਹ ਵੀ ਝੂਠਾ ਜਿੰਨ ਮਨ ਹੋਰ ਮੁਖ ਹੋਰ ਮਨ ਵਿੱਚ ਕਪਟ ਹੈ ਮੁਖ ਦੇ ਵਿੱਚ ਉਹ ਮਿੱਠਾ ਬੋਲੀ ਜਾਂਦਾ ਸੇ ਕਾਢੇ ਕੱਚ ਉਹ ਤੇ ਕੱਚਾ ਹੈ ਕੱਚਾ ਰੰਗ ਕੁਸੰਮ ਦਾ ਜਿਵੇਂ ਕੁਸੰਮਣੇ ਦਾ ਫੁੱਲ ਕੱਚਾ ਹੈ ਹੁਣ ਵੀ ਲੱਥਿਆ ਹੁਣ ਵੀ ਲੱਖਿਆ ਤੇ ਮੇਰੇ ਰਮਈਏ ਦਾ ਪੱਕਾ ਰੰਗ ਮੇਰੇ ਰਮਈਏ ਰੰਗ ਮਜੀਠ ਦਾ ਪੱਕਾ ਜਿਹੜਾ ਉਤਰ ਨਹੀਂ ਸਕਦਾ ਇੱਕ ਵਾਰੀ ਬੋਲ ਦਿੱਤਾ ਵਾਹ ਗੁਰੂ 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 ਬੋਲਿਆ ਉਹ ਥਾਂ ਹੀ ਪੈ ਗਿਆ ਉਹਦੀ ਕੀਮਤ ਪੈ ਗਈ ਕਿਉਂਕਿ ਸੱਚ ਹੈ ਵਾਹ ਗੁਰੂ ਸੱਚ ਹੈ ਗੁਰੂ ਦੀ ਵਾਹ ਵਾਹ ਹੈ ਕੂੜ ਬੋਲੇ ਮਰਜ਼ਾਰ ਖਾਏ ਤੇ ਝੂਠ ਬੋਲਣ ਵਾਲਾ ਝੂਠੋ ਝੂਠ ਕਮਾਉਣ ਵਾਲਾ ਹਮੇਸ਼ਾ ਹੀ ਇਉਂ ਲੱਗਦਾ ਜਿਵੇਂ ਮਰਜ਼ਾ ਖਾ ਰਿਹਾ ਹੋਵੇ ਤੇ ਬਾਬਾ ਫਰੀਦ ਜੀ ਕਹਿੰਦੇ ਪੁਕਾਰ ਪੁਕਾਰ ਕੇ ਕਹਿੰਦੇ ਬੰਦਿਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਬੋਲੋ ਆਏ ਗੁਰੂ बोलिए बाबा फरीद बोलले सच सच ਦਾ ਧਰਮ ਸੱਚ ਬੋਲਾਂਗੇ ਤੇ ਧਰਮ ਦੀ ਪਾਲਣਾ ਕਰ ਸਕਾਂਗੇ ਅੱਜ ਧਰਮ ਦੇ ਨਾਂ ਤੇ ਵੀ ਅਸੀਂ ਠੱਗੀਆਂ ਮਾਰੀ ਜਾਂਦੇ ਆ ਧਰਮ ਦੇ ਨਾਂ ਤੇ ਵੀ ਲੁੱਟਾਂ ਪਈ ਜਾਂਦੇ ਆ ਕਿਉਂਕਿ ਅਸੀਂ ਉਪਰੋਂ ਉਪਰੋਂ ਲੱਗਦੇ ਸੱਚ ਬੋਲਦੇ ਅੰਦਰ ਕੂੜ ਹੈ बाबा फरीद ਕਹਿੰਦੇ ਨਹੀਂ ਅੰਦਰ ਸੱਚ ਰਿਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦਸੇ ਵਾਟ ਮੂਰੀਦਾ ਜੋ ਲੀਏ ਜੋ ਗੁਰੂ ਰਸਤਾ ਦਸਤਾ ਹੈ ਗੁਰੂ ਨੇ ਕੀ ਕਿਆ ਫਰੀਦਾ ਗਲੀਏ ਚੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਮੈਂ ਪੈ ਰਿਆ ਹੋਵੇ ਭਾਵੇਂ ਘਰ ਦੇ ਸਾਹਮਣੇ ਗੁਰਦੁਆਰਾ ਮੰਦਿਰ ਹੋਵੇ ਆਖਿਆ ਤੂੰ ਗਿਆਨੀ ਕਹਿੰਦਾ ਮੈਂ ਪੈ ਰਿਆ ਚੱਕੜ ਆ ਮੇਰੇ ਕੱਪੜੇ ਖਰਾਬ ਹੋ ਜਾਣਗੇ ਕਿਵੇਂ ਜਾਵਾਂ ਬਾਬਾ ਫਰੀਦ ਵੀ ਕਹਿੰਦੇ ਹਨ ਬਖਸ਼ਿਸ਼ ਕਰ ਰਹਿ ਬਾਬਾ ਫਰੀਦ ਜੀ اے ਬੰਦਿਆ ਗੱਲੀਏ ਚੱਕੜ ਦੂਰ ਕਰ ਜਾਦਤ ਸਾਕੇ ਤੇਰੇ ਮੰਦੀਆਂ ਗਲੀਆਂ ਅੰਦਰ ਚਿੱਕੜ ਹੈ ਵਕਾਰ ਹੈ ਕ੍ਰੋਧ ਹੈ ਲੋਭ ਹੈ ਚਿੱਕੜ ਓਨੀ ਧੀਰ ਪਿਆਰੇ ਦਾ ਘਰ ਬਹੁਤ ਦੂਰ ਹੀ ਬੋਲੋ ਆਏ ਗੁਰੂ ਭਾਵੇਂ ਸਾਹਮਣੇ ਹੈ ਬਹੁਤ ਦੂਰ ਹੈ ਕਿਉਂਕਿ ਉਹ فاਸਲਾ ਚਿੱਕੜ ਨੇ ਜਿਹੜਾ ਹੈ ਉਹ ਲੰਮਾ ਕਰ ਦਿੱਤਾ ਗੱਲੀਆਂ ਚਿੱਕੜ ਦਲ ਦਲ ਦੂਰ ਘਰ ਕਰ ਦੂਰ ਹੋ ਗਿਆ ਨੇੜੇ ਹੁੰਦਾ ਹੋਇਆ ਵੀ ਦੂਰ ਹੋ ਗਿਆ ਕਰ ਨਾਲ ਪਿਆਰੇ ਨਹੀਂ ਹੋ ਵਾਏ ਚੱਲਾ ਤਾਂ ਭਿਜੇ ਕੰਬਲੀ ਰਾਹਤ ਤਟ ਜੋ ਹਰ ਮੈਂ ਚਲਦਾ ਹੈ ਮੇਰੀ ਕੰਬਲੀ ਭਿਜਦੀ 바ਬਾ 프리 ਜੀ ਕਹਿੰਦੇ ਜੇ ਮੈਂ ਨਹੀਂ ਜਾਂਦਾ ਤੇ ਪਿਆਰ ਟੁੱਟਦਾ ਹੈ ਕੰਬਲੀ ਮਤਲ ਆ ਮੈਨੂੰ ਗੰਦਗੀ ਛੱਡਣੀ ਪਾਏਗੀ ਇਹ ਜਿਹੜੀ ਮੈਂ ਗੰਦਗੀ ਕੰਬਲੀ ਰੱਖੀ ਹੈ ਆ ਮੋਏ ਮਾਇਆ ਦਾ ਚੱਕਰ ਛੱਡਣਾ ਪਵੇਗਾ ਰੋਲਾ ਮੈਂ ਪਈ ਜਾਂਦਾ ਨਾਲ ਪਿਆਰੇ ਨੇ ਉਹ ਪਰ ਚੱਲਾ ਤਾਂ ਪੀਜੇ ਕੰਬਲੀ ਰਾਹ ਤਾ ਟੁੱਟੋ ਨੇ ਉਹ ਜਿਹੋ ਨਹੀਂ ਜਾਂਦਾ ਤੇ ਮੈਂ ਪਿਆਰੇ ਵੱਲੋਂ ਉਲਟ ਹੋ ਜਾਣਾ ਕਹਿਣਾ ਮੈਂ ਪਿਆਰ ਹੈ ਮੇਰਾ ਬਹੁਤ ਪਿਆਰ ਹੈ ਜੀ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦਾ ਬਾਬਾ ਪ੍ਰੀਤ ਕینده ਬੰਦਿਆ ਇੱਕ ਫੈਸਲਾ ਕਰ ਪਿਜੋ ਸਜੋ ਕੰਬਲੀ ਅੱਲਾ ਵਰਸੇ ਮੇ ਹੋ ਏ ਅੱਲਾ ਏ ਪ੍ਰਮਾਤਮਾ ਅੱਲਾ ਵਰਸੇ ਮੇ ਤੁਸੀਂ ਵੀ ਮੀ ਵਰਾਓ ਆਪਣੀ ਬਖਸ਼ਿਸ਼ ਦਾ ਭਰਾਈ ਚੱਲੋ ਇੱਕ ਦਿਨ ਆਪੀ ਚਿੱਕੜ ਰੋੜ ਕੇ ਚਲੇ ਜਾਏਗਾ ਰਸਤਾ ਸਾਫ ਹੋ ਜਾਏਗਾ ਜਾਏ ਮਿਲਾਂ ਤੈਨ ਸੱਜਣਾ ਟੁੱਟੋ ਨਾ ਹੀ ਨੇ ਤਾਂ ਕਿ ਮੈਂ ਆਪਣੇ ਸੱਜਣ ਨੂੰ ਮਿਲ ਲਵਾਂ ਮੇਰਾ ਪਿਆਰ ਨਾ ਟੁੱਟੇ ਤਾਹੀਂ ਸਤਗੁਰੂ ਕਹਿੰਦੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਇੱਕ ਦਿਨ ਕੂੜ ਨੇ ਖਤਮ ਹੋ ਜਾਣਾ ਹੈ ਜੇ ਗੁਰ ਸ਼ਬਦ ਨਾਲ ਜੁੜਾਂਗੇ ਤਾਂ ਸਤਗੁਰੂ ਗਰੰਟੀ ਦਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ ਮੈਂ ਗਰੰਟੀ ਦੇਣਾ ਹੈ ਜੇ ਤੂੰ ਕੂੜ ਦਾ ਰਸਤਾ ਛੱਡ ਕੇ ਗੁਰ ਸ਼ਬਦ ਨਾਲ ਜੁੜ ਜੇ ਤੇਰੇ ਅੰਦਰ ਤੇਰੇ ਅੰਦਰ ਜਿਹੜੀ ਜੋਤ ਜਗਦੀ ਹੈ ਉਹ ਪ੍ਰਗਟ ਰੂਪ ਵਿੱਚ ਬਾਹਰ ਆ ਜਾਏਗੀ ਬੋਲੋ ਵਾਹਿਗੁਰੂ ਲੋਕੀ ਕਹਿੰਗੇ ਵਾਹ 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 ਜਿੱਥੇ ਗੁਰੂ ਦੀ ਵਾਹ ਉਥੇ ਬੰਦੇ ਦੀ ਤੇਰੀ ਵੀ ਵਾਹ ਵਾਹ ਕਸਮੇ ਕਾ ਮਹਿਲ ਕਦੇ ਨਾ ਪਾਵੇ ਤੇ ਜੇ ਤੂੰ ਆਖੇ ਵੀ ਝੂਠ ਬੋਲ ਬੋਲ ਕੇ ਠੱਗੀਆਂ ਮਾਰ ਮਾਰ ਕੇ ਤੂੰ ਗੁਰੂ ਦਾ ਮਹਿਲ ਗੁਰੂ ਦੇ ਘਰ ਪਹੁੰਚ ਜਾਏਗਾ ਤੇ ਭੁੱਲ ਜਾ ਕਿ ਤੇ ਗਲਤਫਹਿਮੀ ਚ ਨਾ ਰਹੀ ਉਥੇ ਸੱਚੋ ਹੀ ਸੱਚ ਨਿਭੜੇ ਉਥੇ ਸੱਚ ਦਾ ਘਰ ਹੈ ਕੂੜ ਜਦ ਅਕਾਰ ਨਹੀਂ ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ ਜੇ ਅੰਦਰ ਕੂੜ ਨਹੀਂ ਸੱਚ ਹੈ ਤੇ ਤੂੰ ਸੱਚ ਨੂੰ ਜਾਣ ਲੇਗਾ ਪ੍ਰਮਾਤਮਾ ਨੂੰ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਤੋਂਏ ਕਿਉਂਕਿ ਕੂੜ ਤੇ ਉਤਰ ਹੀ ਜਾਣਾ ਮੀ ਪਿਆ ਹੈ ਗੁਰ ਪ੍ਰਸਾਦ ਵਰਤਿਆ ਚੱਕਰ ਤੇ ਭੱਜ ਜ ਜਾਣਾ ਰੁਟ ਜਾਣਾ ਹੈ ਚੱਕਰ ਮੇ ਇਸ ਕਰਕੇ ਜੇ ਤੂੰ ਆਖੇ ਝੂਠ ਦੇ ਆਸਰੇ ਗੁਰੂ ਦੇ ਘਰ ਪਹੁੰਚ ਜਾਏਗਾ ਨਹੀਂ ਪਹੁੰਚ ਸਕਦਾ ਦੁਜੇ ਲੱਗੀ ਪਰਮ ਪੁਲਾਵੈ ਤੇ ਪ੍ਰਮਾਤਮਾ ਨੂੰ ਏਕ ਛੋੜ ਦੂਜੇ ਲਾਗੇ ਡੂਬੇ ਸੇ ਬੰਜਾ ਡੁੱਬ ਜਾਏਗਾ ਇੱਕ ਪਰਮਾਤਮਾ ਦਾ ਨਾਮ ਛੱਡਿਆ ਜਿਉਂ ਹੀ ਪਰਮਾਤਮਾ ਨੂੰ ਛੱਡ ਕੇ ਪਰਮਾਤਮਾ ਦੇ ਘਰੋਂ ਨਿਕਲੇਗਾ ਤੇ ਤੇਰੀ ਬਰਬਾਦੀ ਬਰਬਾਦੀ ਹੈ ਕਿਸੇ ਨੇ ਤੇਰਾ ਸਾਥ ਨਹੀਂ ਦੇਗਾ ਮੈਂ ਦੇਖੇ ਰਹਿੰਦੇ ਮਮਤਾ ਦਾ ਆਵੇ ਜਾਏ ਕਿਉਂਕਿ ਤੂੰ ਮਾਇਆ ਦਾ ਬਜਿਆ ਮਮਤਾ ਦਾ ਮਾਇਆ ਮਮਤਾ ਮੋਨੀ ਜਿਨ ਵਿੰਦੰਤਾ ਜਗ ਖਾਇਆ ਆਹ ਮਨ ਮੁਖ ਖਾਦੇ ਗੁਰਮੁਖ ਉਦਰੇ ਜਿਨੀ ਸੱਚ ਨਾਮ ਚਿਤ ਲਾਇਆ ਧੰਦਾ ਕਰਤੇ ਆ ਨਿਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇ ਨਾ ਕਿੰਨਾਂ ਨੂੰ ਮਿਲਿਆ ਜਿਨ ਤੁਰ ਲਿਖ ਪਾਇਆ ਨਾਮ ਮਿਲਦਾ ਹੀ ਉਹਨਾਂ ਨੂੰ ਆ ਜਿਨ੍ਹਾਂ ਦੇ ਮੱਥੇ ਤੇ ਲੇਖ ਲਿਖੇ ਹੋਣ ਗੁਰਵਾਲੇ ਤੇ ਨਿੱਕੀ ਜਿਹੀ ਮਾਇਆ ਇੰਨੀ ਮੋਹਣੀ ਹੈ ਇੰਨੀ ਪਿਆਰੀ ਲੱਗਦੀ ਹੈ ਬੰਦਾ ਘਰਦਿਆਂ ਨਾਲ ਵੀ ਦੁਸ਼ਮਣੀਆਂ ਕਰ ਲੈਂਦਾ ਹੈ ਇਸ ਮਾਇਆ ਦੀ ਖਾਤਰ ਕਿਸੇ ਨੇ ਮਾਇਆ ਨੂੰ ਜਮੀਂ 'ਚ ਗੱਡ-ਗੱਡ ਕੇ ਘਰਦਿਆਂ ਤੋਂ ਚੋਰੀ ਰੱਖਿਆ ਮਾਇਆ ਧਾਰੀ ਸੀ ਮਾਇਆ ਧਾਰੀ ਅਤਨਾਂ ਬੋਲਾ ਰੱਖੀ ਗਿਆ ਪਹਿਲਾਂ ਸੀ ਗਾਗਰਾਂ ਨੂੰ ਪਾ ਪਾ ਕੇ ਕਿਉਂਕਿ ਸਿੱਕੇ ਹੁੰਦੇ ਸੀ ਉਹ ਜ਼ਮੀਨ ਚ ਦੱਬ ਦਿੰਦੇ ਸੀ ਅੱਜ ਨੋਟ ਹੈ ਲੋਕੀ ਲੋਕਰਾਂ ਚ ਰੱਖ ਲੈਂਦੇ ਬੈਂਕ ਚ ਰੱਖ ਲੈਂਦੇ ਕਹਿੰਦੇ ਉਹ ਗਾਗਰਾਂ ਦੱਬੀ ਗਿਆ ਬਾਬਾ ਦੱਬੀ ਗਿਆ ਇੱਕ ਦਿਨ ਦੂਤ ਆ ਗਏ ਕਹਿੰਦੇ ਚੱਲ ਬਾਬਾ ਟਾਈਮ ਹੋ ਗਿਆ ਚੱਲ ਚਲੀਏ ਕਹਿੰਦਾ ਐਡੀ ਛੇਤੀ ਅਜੇ ਤੇ ਜਿਹਨੂੰ ਮੈਂ ਜੋੜ ਕੇ ਰੱਖਿਆ ਜਿਹਨੂੰ ਮੈਂ ਪਿਆਰ ਕਰਦਾ ਮਾਇਆ ਨੂੰ ਮੈਂ ਤੇ ਅਜੇ ਉਹਦੇ ਨਾਲ ਉਹਨੂੰ ਵਰਤ ਕੇ ਵੀ ਨਹੀਂ ਦੇਖਿਆ ਕੁਝ ਟਾਈਮ ਚ ਦੇ ਦਿਓ ਮੇਰੀ ਕੁਝ ਗਰਾਈ ਵੀ ਰਹਿ ਗਈ ਹੈ ਕਰੂੰ ਅਰਦਾਸ ਗਾਓ ਕੁਝ ਬਾਕੀ ਮੈਂ ਰਿਕੁਐਸਟ ਕਰਦਾ ਤੁਹਾਨੂੰ ਮੈਂ ਬੇਨਤੀ ਕਰਦਾ ਮੇਰੀ ਅਜੇ ਥੋੜੀ ਜਿਹੀ ਗਰਾਈ ਰਹਿੰਦੀ ਹੈ ਲਿਓ ਨਵੇਰ ਅੱਜ ਕੀ ਰਾਤੀ ਅੱਜ ਦੀ ਰਾਤ ਦਾ ਸਮਾਂ ਦੇ ਦਿਓ ਆਪਾਂ ਸਵੇਰੇ ਚੱਲ ਜਾਵਾਂਗੇ ਕੁਝ ਵੀ ਖਰਚ ਤੇ ਤੁਹਾਡਾ ਸਾਰੂ ਤਾਂ ਨੂੰ ਵੀ ਕੁਛ ਦਾਲ ਫੁਲਕਾ ਦੇ ਦਊਗਾ ਕਹਿੰਦਾ ਬਾਬਾ ਇੱਥੋਂ ਦੀ ਮਾਇਆ ਉੱਥੇ ਨਹੀਂ ਚੱਲਦੀ ਜਲਦੀ ਕਰ ਜਲਦੀ ਕਰ ਕਹਿੰਦਾ ਫਿਰ ਮੈਨੂੰ ਉਹਨੂੰ ਇੱਕ ਵਾਰੀ ਦਰਸ਼ਨ ਤੇ ਕਰ ਲੈਂਦੇ ਹੋ ਕਹਿੰਦੇ ਜਲਦੀ ਕਰ ਜੋ ਕਰਨਾ ਹੀ ਕਹਿੰਦੇ ਜ਼ਮੀਨ ਪੁੱਟੀ ਗਾਗਰਾਂ ਨੂੰ ਪਟਿਆ ਢੱਕਣ ਚੁੱਕਿਆ ਤੇ ਮਾਇਆ ਦੀਆਂ ਗਾਗਰਾਂ ਪਈਆਂ ਕਹਿੰਦਾ ਹੇ ਬੇਵਫਾ ਸਾਰੀ ਜ਼ਿੰਦਗੀ ਮੈਂ ਆਪਣੇ ਪਰਿਵਾਰ ਨਾਲੋਂ ਤੈਨੂੰ ਵੱਖ ਰੱਖਿਆ ਉਹਨਾਂ ਨਾਲ ਵਿਗਾੜ ਕੇ ਤੇਰੇ ਨਾਲ ਪਿਆਰ ਪਾਇਆ ਤੇ ਹੇ ਬੇਵਫਾ ਹੁਣ ਤੂੰ ਵੀ ਮੈਨੂੰ ਧੋਖਾ ਦੇ ਚਲੀ ਵਾਹਿਗੁਰੂ ਧੋਖਾ ਦੇਗੀ ਮਾਇਆ ਕੀ ਬੋਲੀ ਸੁਣੋ ਮਾਇਆ ਬੋਲੀ ਬਾਬਾ ਮੈਂ ਤੇ ਬੋਲੀ ਸੀ ਮੈਂ ਤੇ ਪੈਦਾ ਹੋਈ ਸੀ ਕਿਸੇ ਗਰੀਬ ਦੀ ਮਦਦ ਵਾਸਤੇ ਮੈਂ ਤੇ ਪੈਦਾ ਹੋਈ ਸੀ ਕਿਸੇ ਲੋੜਵੰਦ ਦੀ ਸਹਾਇਤਾ ਵਾਸਤੇ ਮੈਂ ਤੇ ਪੈਦਾ ਹੋਈ ਸੀ ਕਿਸੇ ਗਰੀਬ ਗੁਰਬੇ ਦੀ ਲੜਕੀ ਦੇ ਵਿਆਹ ਵਿੱਚ ਮਦਦ ਕਰਨ ਵਾਸਤੇ ਮੈਂ ਤੇ ਪੈਦਾ ਹੋਈ ਸੀ ਕਿਸੇ ਰੋਗੀ ਦਾ ਇਲਾਜ ਕਰਨ ਵਾਸਤੇ ਤੇ ਬਾਬਾ ਤੂੰ ਮੈਨੂੰ ਜ਼ਮੀਨ 'ਚ ਕੱਢ ਕੇ ਰੱਖਿਆ ਏ ਤੇ ਮੈਂ ਵੀ ਪ੍ਰਮਾਤਮਾ 'ਗੇ ਅਰਦਾਸ ਕਰਦੀ ਕਿ ਸਤਿਗੁਰੂ ਜਿਵੇਂ ਇਹਨੇ ਮੈਨੂੰ ਜ਼ਮੀਨ 'ਚ ਕੱਢ ਕੇ ਰੱਖਿਆ ਤੇ ਜਦੋਂ ਧਰਮਰਾਜ ਇਹਨੂੰ ਆਪਣੀ ਕਚਹਿਰੀ 'ਚ ਲੈ ਕੇ ਜਾਵੇ ਇਹਨੂੰ ਵੀ ਧਰਤੀ 'ਚ ਗੱਡ ਦੇਵੇ ਇਹਨੂੰ ਪਤਾ ਲੱਗੇ ਬੋਲੋ ਵਾਹਿਗੁਰੂ ਮਾਇਆ ਸਾਥ ਨਹੀਂ ਦੇਂਦੀ ਮਾਇਆ ਕਿਸੇ ਦੀ ਵਫਾਦਾਰ ਨਹੀਂ ਮਾਇਆ ਉਨੀ ਦੇ ਵਫਾਦਾਰ ਹੈ ਜਦੋਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਰਵੇ ਤੇ ਜੀਵਤਾਕ ਰਵੇ ਤੇ ਲੋੜਵੰਦਾ ਦੀ ਸਹਾਇਤਾ ਜਦੋਂ ਮਾਇਆ ਦਿਲ ਤੇ ਆ ਕੇ ਬੈਠ ਗਈ ਗੁਰਮੁਖ ਪਿਆਰਿਓ ਦਿਲ ਫੇਲ ਕਰ ਦੇਵੇਗੀ ਤੇ ਮੇਰੇ ਪਿਤਾ ਜੀ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ ਆ ਦੁਹਾਗਨੀ ਕਾ ਮਨ ਦੇਖ ਸਿਗਾਰ ਦੁਹਾਗਨੀ ਦੁਹਾਗਨੀ ਕਿਆ ਨਿਸ਼ਾਨੀਆਂ ਜਿਨੂੰ ਪਤੀ ਨੇ ਛੱਡਿਆ ਹੈ ਉਹਦੀਆਂ ਨਿਸ਼ਾਨੀਆਂ ਖਸਮੋ ਕੁੱਤੀਆਂ ਫਿਰੇ ਨਿਮਾਨੀਆਂ ਪਤੀ ਨੇ ਛੱਡਿਆ ਹੁਣ ਪਤੀ ਦਾ ਪਤਾ ਹੀ ਨਹੀਂ ਕਦੀ ਸਿਮਰਨ ਕੀਤਾ ਹੀ ਨਹੀਂ ਕਦੀ ਗੁਰ ਸ਼ਬਦ ਨਾਲ ਜੁੜਿਆ ਹੀ ਨਹੀਂ ਤੇ ਐਵੇਂ ਕੋਈ ਮੇਰੇ ਵਰਗਾ ਬਾਣਾ ਪਾਈ ਫਿਰੇ ਕਕਾਰ ਪਾਈ ਫਿਰੇ ਖੰਡੇ ਲਾਈ ਫਿਰੇ ਤੇ ਆਪਣੇ ਆਪ ਨੂੰ ਸੁਹਾਗਣ ਬਣੀ ਫਿਰੇ ਕਿ ਮੈਂ ਬੜਾ ਵੱਡਾ ਗੁਰਸਿੱਖ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭੁੱਲ ਜਾ ਤੂੰ ਗੁਰਸਿੱਖ ਨਹੀਂ ਤੂੰ ਮਨਮੁਖ ਹੈ ਜਿਹੜਾ ਗੁਰੂ ਨੂੰ ਧੋਖਾ ਦੇ ਰਿਹਾ ਹੈ ਝੂਠੋ ਝੂਠ ਕਮਾਵੇ ਧਰਮ ਦੇ ਨਾਂ ਦੀ ਠੱਗੀ ਕਰ ਰਿਹਾ ਹੈ ਝੂਠ ਕਮਾ ਰਿਹਾ ਹੈ ਧਰਮ ਦੇ ਨਾਂ ਦੀ ਦੋਹਾ ਗਣੀ ਕਿਆ ਨਿਸ਼ਾਨੀਆਂ ਕਸਮੋ ਕੁੱਥੀਆਂ ਫਿਰੇ ਨਿਮਾਨੀਆਂ ਮੈਲੇ ਵੇਸ ਤੇ ਨਾ ਕਾਮਨੀ ਦੁਖੀ ਰਹਿਣ ਵਹਾਇ ਜੀਉ ਉਹਨਾਂ ਦਾ ਕੰਮ ਵੀ ਮੈਲਾ ਵੇਸ ਵੀ ਮੈਲਾ ਤੇ ਰਾਤ ਦਿਨੇ ਦੁੱਖਾਂ ਦੇ ਵਿੱਚ ਹਾਏ ਹਾਏ ਕਰਦੀਆਂ ਕਿਉਂਕਿ ਪਤੀ ਨੇ ਉਹਨਾਂ ਨੂੰ ਛੱਡ ਦਿੱਤਾ ਕਿ ਕਿੰਦੇ ਜਿਨ੍ਹਾਂ ਨੂੰ ਛੱਡ ਦਿੱਤਾ ਏ ਦੁਹਾਗਨੀ ਕਾ ਮਨ ਦੇਖ ਸ਼ਿਗਾਰ ਦੱਸੋ ਫਿਰ ਉਹਦਾ ਸ਼ਿਗਾਰ ਕੀ ਕਰੇਗਾ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਕਿਵੇਂ ਉਹ ਸੇਜ ਤੇ ਚਲੇ ਜਾਏਗੀ ਏਕਾ ਸੇਜ ਵਿਸ਼ੀ ਤਨ ਕੰਤਾ ਤਨ ਸੂਤੀ ਪੇਰ ਸਾਧ ਜਗੰਤਾ ਇਹ ਕੋਈ ਪਲੰਗ ਤੇ ਬੈਠੇ ਤਾਨੀ ਇਸਤਰੀ ਸੁੱਤੀ ਪਈ ਹੈ ਪਤੀ ਜਾਗ ਰਿਹਾ ਹੈ ਬੋਲੋ ਵਾਹਿਗੁਰੂ ਪੀਓ ਮਦਰੋ ਤਨਮੰਦ ਬੰਤਾ ਤਨ ਜਾਗੇ ਜੇ ਫਿਰ ਬੋਲਨਤਾ ਕਹਿੰਦੇ ਉਹ ਸ਼ਰਾਬ ਦੇ ਜਵਾਨੀ ਦੇ ਨਸ਼ੇ ਮਾਇਆ ਦੇ ਨਸ਼ੇ ਵਿੱਚ ਮਨਮੁਖ ਸੁਤਾ ਹੁੰਦਾ ਹੈ ਮਨਮੁਖ ਆਉਂਦਾ ਹੈ ਰਹਿਣ ਗੁਆਈ ਸੋਏ ਕੇ ਦਿਵਸ ਗੁਆਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾ ਸਵੇਰੇ ਵਾਹਿਗੁਰੂ ਨਾ ਦੁਪਹਿਰੇ ਵਾਹਿਗੁਰੂ ਨਾ ਰਾਤ ਨੂੰ ਵਾਹਿਗੁਰੂ ਨਾ ਖਾਣ ਲੱਗਿਆ ਵਾਹਿਗੁਰੂ ਨਾ ਪੀਣ ਲੱਗਿਆ ਵਾਹਿਗੁਰੂ ਨਾ ਸਕੂਟਰ ਮੋਟਰਸਾਈਕਲ ਕਾਰ ਚਲਾਉਣਗੇ ਵਾਹਿਗੁਰੂ ਤੇ ਪ੍ਰਮਾਤਮਾ ਸੋਚਦਾ ਹੀ ਰਹਿੰਦਾ ਹੈ ਇਹ ਕਦੀ ਕਦੋਂ ਮੂੰਹੋਂ ਵਾਹਿਗੁਰੂ ਕਵੇ ਤੇ ਮੈਂ ਖੁਸ਼ ਹੋ